ਇਮਾਨਦਾਰੀ ਦੇ ਵਫਾਦਾਰੀ ਦੇ ਨਾਲ ਮਿਹਨਤ ਕਰਦੇ ਨੇ ਔਰ ਆਪਣੀਆਂ ਪਾਰਟੀਆਂ ਦੇ ਨਾਲ ਆਪਣੇ ਸੰਗਠਨਾਂ ਦੇ ਨਾਲ ਖੜੇ ਰਹਿੰਦੇ ਨੇ ਇੱਕ ਨਾ ਇੱਕ ਦਿਨ ਉਹਨਾਂ ਲੋਕਾਂ ਦੀ ਔਰ ਇੱਕ ਨਾ ਇੱਕ ਭਵਾਨੀਗੜ੍ਹ ਵਿਖੇ ਬਲਾਕ ਸਮਿਤੀ ਦੇ ਚੇਅਰਮੈਨ ਵਰਿੰਦਰ ਪਨਵਾ ਅਤੇ ਵਾਈਸ ਚੇਅਰਪਰਸਨ ਬਲਜੀਤ ਕੌਰ ਪੱਟੀਵਾਲ ਦੇ ਤਾਜਪੋਸ਼ੀ ਸਮਾਗਮ ਨੂੰ ਲੈ ਕੇ ਕੈਬਨਿਟ ਮੰਤਰੀ ਵਿਜੇਂਦਰ ਸਿੰਗਲਾ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸਿੰਗਲਾ ਨੇ ਆਖਿਆ ਕਿ ਕਾਂਗਰਸ ਪਾਰਟੀ ਬਾਈ ਇਲੈਕਸ਼ਨ ਵਿੱਚ 4 ਦੀ 4 ਸੀਟਾਂ ਤੇ ਭਾਰੀ ਬਹੁਮਤ ਨਾਲ ਜਿੱਤ ਦਰਜ ਕਰੇਗੀ। ਵਰਕਰਾਂ ਵਿੱਚ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੀਨੀਅਰ ਮੰਤਰੀਆਂ ਅਤੇ ਨੇਤਾਵਾਂ ਦੀ ਹਲਕਿਆਂ ਵਿੱਚ ਡਿਊਟੀਆਂ ਤੈਅ ਕਰ ਦਿੱਤੀਆਂ ਗਈਆਂ ਨੇ। ਇਸ ਤੋਂ ਪਹਿਲਾਂ ਵਿਜੇਂਦਰ ਸਿੰਗਲਾ ਨੇ ਬਲਾਕ ਸਮਿਤੀ ਦੇ ਨਵ ਨਿਯੁਕਤ ਚੇਅਰਮੈਨ ਵਰਿੰਦਰ ਪਨਵਾ ਅਤੇ ਵਾਈਸ ਚੇਅਰਪਰਸਨ ਬੀਬੀ ਬਲਜੀਤ ਕੌਰ ਪੱਟੀਵਾਲ ਦਾ ਮੂੰਹ ਮਿੱਠਾ ਕਰਵਾ ਕੇ ਉਹਨਾਂ ਨੂੰ ਕੁਰਸੀ ਤੇ ਬਿਠਾਇਆ। ਆਜ਼ਾਦ ਟੀਵੀ ਨਿਊਜ਼ ਦੇ ਲਈ ਭਵਾਨੀਗੜ੍ਹ ਤੋਂ ਮਨੋਜ ਸ਼ਰਮਾ ਦੀ ਰਿਪੋਰਟ। ਕਾਂਗਰਸ ਪਾਰਟੀ ਚਾਰੋਂ ਦੀ ਚਾਰੋਂ ਸੀਟਾਂ ਦੱਬ ਕੇ ਜਿੱਤੂਗੀ। ਸਾਰੀਆਂ ਟੀਮਾਂ ਕਾਂਗਰਸ ਪਾਰਟੀ ਦੀਆਂ ਫੀਲਡ ਦੇ ਵਿੱਚ ਸੈਟਲ ਹੋ ਰਹੀਆਂ। ਅਗਲੇ 2-3 ਦਿਨਾਂ ਵਿੱਚ ਸਾਰਾ ਚੋਣ ਮੁਹਿੰਮ ਪੂਰਾ ਭਖਿਆ ਮਿਲੂਗਾ ਤੁਹਾਨੂੰ ਅਤੇ ਸਾਰੇ ਲੀਡਰ ਸਾਹਿਬਾਨਾਂ ਦੀ ਮੁੱਖ ਮੰਤਰੀ ਸਾਹਿਬ ਅਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵੱਲੋਂ ਜ਼ਿੰਮੇਵਾਰੀਆਂ ਲੱਗ ਗਈਆਂ ਅਤੇ ਸਾਰੇ ਬੰਦੇ 1-2 ਦਿਨ ਦੇ ਵਿੱਚ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਜਾ ਕੇ ਸੰਭਾਲ ਲੈਣਗੇ ਅਤੇ ਮੁੜ ਕੇ ਫਿਰ ਚੋਣ ਖਤਮ ਹੋਣ ਤੋਂ ਬਾਅਦ ਹੀ ਵਾਪਸ ਆਉਣਗੇ। ਇੱਕ ਅਕਾਲੀ ਦਲ ਵੱਲੋਂ ਕਹਿ ਰਹੇ ਜਿਹੜਾ ਬੇਅਦਬੀਆਂ ਦਾ ਮਾਮਲਾ ਸੀ, ਸਾਨੂੰ ਕਲੀਨ ਚਿੱਟ ਮਿਲ ਗਈ ਹੈ ਕਿ ਕਾਂਗਰਸ ਵਾਲਿਆਂ ਨੇ ਕੋਈ ਸਾਜ਼ਿਸ਼ ਦੇ ਤਹਿਤ ਸਾਨੂੰ ਬਦਨਾਮ ਕੀਤਾ ਸੀ? ਇਹ ਤਾਂ ਲੋਕਾਂ ਨੂੰ ਪਤਾ ਹੈ ਕਿ ਅਕਾਲੀ ਦਲ ਨੇ ਕੀ ਕੀਤਾ ਅਤੇ ਪਿਛਲੇ 2.5 ਸਾਲਾਂ ਵਿੱਚ ਵੀ ਅਕਾਲੀ ਦਲ ਕੋਈ ਚੋਣ ਨਹੀਂ ਜਿੱਤਿਆ ਅਤੇ ਜਿਮਣੀ ਚੋਣਾਂ 'ਚ ਵੀ ਪਤਾ ਲੱਗ ਜੂਗਾ ਵੀ ਚੋਣਾਂ 'ਚ ਹਾਲ ਕੀ ਕਰਦੇ ਲੋਕ। ਤੋ ਇਸ ਕਰਕੇ ਉਹਨਾਂ ਦਾ ਕਹਿਣਾ ਕਿ ਕਾਂਗਰਸ ਨੇ ਸਾਨੂੰ ਬਦਨਾਮ ਕੀਤਾ ਸੀ, ਫਲਾਣਾ ਕੀਤਾ ਸੀ, ਇਹ ਤਾਂ ਲੋਕਾਂ ਦੇ ਮਨ ਨੂੰ ਪਤਾ ਕਿ ਉਹਨਾਂ ਨੇ ਕੀ ਕੀਤਾ ਸੀ।